ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਤੇ ਜਿਹੜੀ ਅੱਜ ਦੀ ਵੀਡੀਓ ਆ ਉਹ ਹੋਣੀ ਆ ਜਿਹੜੇ ਬੰਦੇ ਕਈ ਬੰਦੇ ਕੱਲਾਂ ਕਰੀ ਜਾਂਦੇ ਨੇ ਵੀ ਜਿਹੜਾ ਸਵਰਾਜ 3 ਸਪੀਡ ਆ ਜਾਂ ਸਵਰਾਜ ਸਾਈਡ ਗিয়ার ਚ ਆਉਂਦਾ ਉਹ ਕਾਮਯਾਬ ਨਹੀਂ ਹੁੰਦਾ ਉਹ ਖੁੱਲ ਜਾਂਦਾ ਉਹ ਜੇ ਹੋ ਜਾਂਦਾ ਉਹਦੇ ਚ ਇਹ ਹੋ ਜਾਂਦਾ ਉਹ ਤਾਂ ਹਿੱਸਾ ਤੋੜ ਦਿੰਦਾ ਕਿਸੇ ਹੱਦ ਤੱਕ ਜਿਹੜਾ ਸਵਰਾਜ 852 XM ਆਇਆ ਸੀ ਉਹਦੀ ਇਸ ਗੱਲੋਂ ਲੋਕਾਂ ਨੇ ਨਿੰਦਿਆ ਵੀ ਚਲੋ ਇਹ ਹਿੰਦੁਸਤਾਨ ਚ ਭੇਡ ਚਾਲ ਆ ਇਹਦਾ ਆਪਾਂ ਕੁਝ ਕਰ ਨਹੀਂ ਸਕਦੇ ਇਹ ਵੀਡੀਓ ਉਹਦੇ ਬਾਰੇ ਚ ਆ ਇਹ ਦਿਖਾਉਣਾ ਹੈ ਕਿ ਜਿਹੜਾ ਸਵਰਾਜ 3 ਸਪੀਡ ਉਹ ਕਾਮਯਾਬ ਸੀ ਪਰ ਆਪਣੇ ਲੋਕਾਂ ਦੇ ਅੰਦਰ ਜਿਹੜੀ ਭੇੜਚਾਲਹੀ ਜੀ ਬੜੀ ਹੋਈ ਆ ਉਹਨੂੰ ਕੋਈ ਬੰਦਾ ਪੀਜੀਆਈ ਵਾਲੇ ਡਾਕਟਰ ਬਣੀ ਉਹਨੂੰ ਕੱਢ ਸਕਦੇ ਉਹਦੇ ਤੇ ਵੀਡੀਓ ਪਾਉਣੀ ਹੈ ਉਹ ਬਾਈ ਦਾ 855 ਸਾਡੇ ਪਿੰਡ ਦਾ ਹੀ ਬੰਦਾ ਹੈ ਮੁੰਡਾ ਉਹਦਾ ਸਾਰਾ ਕੁਝ ਦੱਸਾਂਗੇ ਤੁਹਾਨੂੰ ਵੀ ਕਿਹੜਾ ਮਾਡਲ ਟਰੈਕਟਰ ਆ ਕੀ ਚੀਜ਼ ਆ ਕੀ ਗੱਲਬਾਤ ਆ ਤੁਸੀਂ ਆ ਦੇਖ ਸਕਦੇ ਹੋ 855 ਐਕਸਐਮ ਉਹਨੇ ਗੱਲ ਸਾਰੀ ਆਪਾਂ ਬਾਈ ਤੋਂ ਪੁੱਛਦੇ ਆ ਵੀ ਕੀ ਹਿਸਾਬ ਕਿਤਾਬ ਆ ਕੀ ਗੱਲ ਬਾਤ ਆ ਕਿਵੇਂ ਇਹ ਟਰੈਕਟਰ ਚੱਲਦਾ ਕਿੰਨੇ ਸਾਲ ਹੋ ਗਏ ਕਿੰਨੇ ਘੰਟੇ ਚੱਲ ਗਿਆ ਵੀਡੀਓ ਦਾ ਮੰਤਵ ਸਿਰਫ ਇਹ ਨਹੀਂ ਕਿ ਸੁਰਾਜ ਨੂੰ ਪ੍ਰੋਮੋਟ ਕਰਨਾ ਲੋਕਾਂ ਦੇ ਸਿਰੇ ਤੱਕ ਜਿਹੜੀ ਸਹੀ ਗੱਲ ਆ ਉਹਨੂੰ ਪਹੁੰਚਾਉਣਾ ਹੈ ਕਿਹੜਾ ਮਾਡਲ ਆ ਜੀ ਇਹ 13 ਮਾਡਲ ਇਹ ਬਾਈ ਜੀ ਸੁਰਾਜ 855 XM 13 ਮਾਡਲ ਆ ਜੀ ਇਹ ਟਾਇਰ ਜੀ ਇਹਦੇ ਕਹਿੰਦੇ ਪੈਗੇ ਨਾਲ ਦੇ ਨਹੀਂ ਅੱਛਾ ਨਾਲ ਦੇ ਟਾਇਰ ਨੇ ਜੀ ਆ ਤੁਸੀਂ ਟਰੈਕਟਰ ਦੇਖ ਸਕਦੇ ਹੋ ਸਾਈਡ ਗੇ ਟਰੈਕਟਰ ਆ ਇਹ ਬਾਈ ਦਾ ਸਾਡੇ ਨਾਲ ਦੀ ਪਿੰਡ ਦਾ ਤੇ ਬਹੁਤ ਬਾਈ ਨੇ ਸ਼ੌਕ ਨਾਲ ਰੱਖਿਆ ਹੋਇਆ ਟਰੈਕਟਰ ਤੇ ਇਹ ਸਾਰਾ ਟਰੈਕਟਰ ਅੱਜ ਤੱਕ ਸੀਲਡ ਆ ਜੀ ਕੋਈ ਇਹਦੇ ਰਿੰਗ ਸਲੀਪਾਂ ਕੁਛ ਨਹੀਂ ਲੱਗਿਆ ਇੱਕ ਕੱਲਾ ਸਿਰਫ ਬਲੇ ਬ੍ਰੇਕ ਲਾਈਜ਼ਰ ਪਏ ਨੇ ਤੇਲ ਬ੍ਰੇਕਾਂ ਨੇ 올 ਇੰਪ੍ਰੈਸਡ ਟਾਪ ਮਾਡਲ ਟਰੈਕਟਰ ਆ ਇਹ ਉਹਨਾਂ ਟਾਈਮਾਂ ਦਾ ਜਿਹੜਾ ਲੋਕਾਂ ਨੇ ਨਕਾਰਤਾ ਸੀ ਤਾਂ ਹੁਣ ਬਾਈ ਤੋਂ ਪੁੱਛਦੇ ਆ ਵੀ ਇਹਦਾ ਕੀ ਸਾਬ ਬਤਾਵਾ ਹਾਂ ਵੀਰੇ ਕੀ ਹਾਲ ਹੈ ਜੀ ਠੀਕ ਹੈ ਜੀ ਕਿਹੜਾ ਮਾਡਲ ਟਰੈਕਟਰ ਆ ਜੀ ਇਹ 13 ਮਾਡਲ ਆ ਜੀ ਅੱਛਾ ਜੀ ਮਤਲਬ ਕਿੰਨਾ ਚੱਲ ਗਿਆ ਜੀ ਇਹ 3500 ਘੰਟਾ ਚੱਲ ਗਿਆ ਜੀ 3500 ਘੰਟਾ ਚੱਲ ਗਿਆ ਕਿਹੜੇ-ਕਿਹੜੇ ਚੀਜ਼ਾਂ ਤੇ ਚਲਾਉਂਦੇ ਆਂ ਇਹ ਆਪਾਂ ਇਹਨੂੰ ਆਪਾਂ ਹੀ ਰੋ ਰੀਪਰ ਤੇ ਵੀ ਚੱਲਿਆ ਅੱਛਾ ਬਾਕੀ 25 30 ਕਿਲੋ ਨਹੀਂ ਖੇਤੀ ਕਰਦੇ ਹਾਂ ਅੱਛਾ ਜੀ ਤੇ ਕੋਈ ਹੋ ਬ੍ਰੇਕ ਡਾਊਨ ਕੋਈ ਦਿੱਕਤ ਤੁਹਾਨੂੰ ਨਾ ਕਦੇ ਕੋਈ ਦਿੱਕਤ ਨਹੀਂ ਆਈ ਅੱਛਾ ਜੀ ਤੇ ਰੱਬ ਤੁਹਾਡਾ ਭਲਾ ਕਰੇ ਜਿਹੜਾ ਦੂਜਾ 855 ਐਫੀ ਆਉਂਦਾ ਉਹਦੇ ਨਾਲੋਂ ਇਹਦੀ ਸੀਸੀ ਵੀ ਜ਼ਿਆਦਾ ਆ ਮਣੀ ਸੀਸੀ ਜ਼ਿਆਦਾ ਹੈ ਜੀ ਹਾਂ ਇੱਕ ਤਰ੍ਹਾਂ ਦੀ ਇਹਦੀ 50 ਤੋਂ 70 ਸੀਸੀ ਆ ਜਿਹੜਾ 855 ਨਾਲੋਂ ਵੱਧ ਹੈ ਨਾ 150 ਸੀਸੀ ਵੱਧ ਹੈ 150 ਸੀਸੀ ਵੱਧ ਹੈ ਤੇ ਤੁਸੀਂ ਦੂਜੇ 855 ਦੇ ਮੁਕਾਬਲ ਤਾਂ ਇਹਨੂੰ ਸਾਈਡ ਗੀਅਰ ਐਕਸਮ ਆ ਜਿਹੜਾ ਇਹਨੂੰ ਕੀ ਮੰਨਦੇ ਹੋ ਵੀ ਕੀ ਹੈ ਇਹਦਾ ਹੀ ਦੇਖੋ ਉਹਦੇ ਨਾਲੋਂ ਤੇਲ ਦਾ ਖਰਚਾ ਵੀ ਘਟਾ ਸਾਡੇ ਲਵੇ ਦੂਆ ਵੀ ਹੈਗਾ ਠੀਕ ਹੈ ਜੀ ਉਹਦੇ ਨਾਲ ਅਸੀਂ ਉਹਦੇ ਨਾਲੋਂ ਤੋਰਾ ਵੀ ਵੱਧਦਾ ਇਹਦਾ ਠੀਕ ਹੈ ਜੀ ਤੇ ਪਾਵਰ ਦਾ ਤੁਹਾਨੂੰ ਦੱਸਿਆ ਫਰਕ ਹੈ ਜੀ ਹੈਗਾ ਠੀਕ ਹੈ ਜੀ ਹਾਂ ਜੀ ਤੇ ਰੱਬ ਤੁਹਾਡਾ ਭਲਾ ਕਰੇ ਆ ਇਹਦਾ ਜਿਹੜਾ ਸਾਈਡ ਗੀਅਰ ਸਿਸਟਮ ਆ ਇਹਦੇ ਬਾਰੇ ਚ ਦੱਸੋ ਵੀ ਇਹ ਲੋਕ ਐ ਕਹੀ ਜਾਂਦੇ ਨੇ ਵੀ ਇਹ ਤਾਂ ਜੀ ਦੇਸੀ ਆ ਇਹਦਾ ਜੀ ਇਹਦਾ ਸਾਈਡ ਗੀਅਰ ਖੁੱਲ ਜਾਂਦਾ ਹੈ ਜੀ ਆ ਬੋ ਤੁਹਾਨੂੰ ਕਦੇ ਕੋਈ ਸਮੱਸਿਆ ਨਹੀਂ ਆਈ ਆਪਾਂ ਦੇ ਲੋ 2013 ਮਾਡਲ ਕਦੇ ਦਿੱਕਤ ਨਹੀਂ ਆਈ ਕੋਈ ਇਹ ਜੀ ਗੀਅਰ ਜਿਵੇਂ ਖੁੱਲਿਆ ਨਾਲ ਦਾ ਗੀਅਰ ਆਈ ਆ ਜੀ ਕੋਈ 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 ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ 3500 ਘੰਟੇ ਚੱਲ ਗਿਆ 3500 ਘੰਟਾ ਚੱਲ ਗਿਆ ਬਹ ਠੀਕ ਆ ਜੀ ਹੁਣ ਤੁਸੀਂ ਇਹ ਦੇਖ ਸਕਦੇ ਹੋ ਵੀ ਇਹ ਜਿਹੜਾ ਟਰੈਕਟਰ ਹੈ ਬਾਈ ਨਹਿਨ ਵਧੀਆ ਸ਼ੌਂਕ ਨਾਲ ਸ਼ਿੰਗਾਰ ਕੇ ਰੱਖਿਆ ਹੋਇਆ ਬਸ ਸਾਫ ਸੁਥਰਾ ਨਵਾਂ ਮੁੰਡਾ ਕੋਈ ਇਹ ਵੀ ਨਹੀਂ ਵੀ ਕੋਈ ਸਿਆਣਾ ਬੰਦਾ ਚਲਾਉਂਦਾ ਹੁਣ ਇਹਦਾ ਗੇਅਰ ਆ ਜਿਹੜਾ ਜਿਵੇਂ ਤੁਸੀਂ ਕਹੀ ਜਾਂਦੇ ਹੋ ਵੀ ਇਹ ਦੇਸੀ ਹੈ ਫਲਾਣਾ ਹੈ ਠਮਕਾ ਹੈ ਆ ਤੁਸੀਂ ਇਹਦਾ ਗੇਅਰ ਦੇਖ ਸਕਦੇ ਹੋ 35 3500 ਘੰਟੇ ਰਨ ਕਰ ਗਿਆ ਵੀ ਕਿਤੇ ਕੋਈ ਤੁਹਾਨੂੰ ਚਾਬੀ ਲੱਗੀ ਹੋਈ ਦਿਖਦੀ ਆ ਆ ਤੁਸੀਂ ਜਿਹੜੇ ਨਟ ਨੇ ਆ ਦੇਖ ਲਓ ਵੀ ਤੁਹਾਨੂੰ ਜਿੱਥੇ ਚਾਬੀ ਲੱਗੀ ਵੀ ਦਿਖਦੀ ਆ ਕਿੱਤੇ ਵੀ ਕੋਈ ਚਾਬੀ ਪਈ ਵੀ ਹੋਵੇ ਟੋਟਲ ਆ ਜਿਹੜੀਆਂ ਡੱਬੀਆਂ ਨੇ ਗੇਅਰਾਂ ਦੀਆਂ ਸਾਈਡ ਗੇਅਰ ਦੀਆਂ ਇਹ ਵੀ ਸਾਰੀਆਂ ਡੱਬੀਆਂ ਨੇ ਜਿਹੜੀਆਂ ਪੂਰਨ ਤੌਰ ਤੇ ਜਿਹੜੀਆਂ ਸੀਲਡ ਨੇ ਇੱਕ ਗੱਲ ਜਿਹੜੀ ਮੈਂ ਆਪਾਂ ਕਲੀਅਰ ਕਰ ਦਿੰਨੇ ਆ ਉਹ ਚ ਕੋਈ ਦੋ ਰਹਿ ਨਹੀਂ ਬ੍ਰੇਕ ਨੇ ਦੇਖੋ ਮਸ਼ੀਨਰੀ ਚੱਲਦੀ ਆ ਜਿਹੜੀ ਮੇਨਟੇਨੈਂਸ ਆ ਕਲਚ ਪਲੇਟ ਆ ਬ੍ਰੇਕ ਆ ਹੋਣਾ ਹੀ ਹੋਣਾ ਉਹਦੇ ਬਾਰੇ ਚ ਕਿਸੇ ਨੂੰ ਕੋਈ ਸ਼ੰਕਾ ਹੋਣਾ ਨਹੀਂ ਚਾਹੀਦਾ ਇੱਕ ਸਿਰਫ ਇਹਦਾ ਟਰੈਕਟਰ ਅੱਜ ਤੱਕ ਬ੍ਰੇਕਾਂ ਦਾ ਕੰਮ ਹੋਇਆ ਦੂਜਾ ਤੀਜਾ ਇਹਦਾ ਕੋਈ ਨਹੀਂ ਆ ਦੇਖ ਸਕਦੇ ਹੋ ਨਾਲ ਦੇ ਟਾਇਰ ਨੇ 4 ਸਟਾਨ ਵਾਲਾ ਅੱਧਾ ਫਤ ਲਵਾਇਆ ਅੱਧਾ ਜੀ 4 ਸਟਾਨ ਵਾਲਾ ਜੀ ਅੱਧਾ ਫਤ ਲਵਾਇਆ ਵਧਾਈ ਆ ਅੱਛਾ ਜੀ ਹੋਰ ਕੋਈ ਗੋਣੇ ਚ ਤੁਹਾਨੂੰ ਦੂਏ ਨੂੰ ਕੀ ਕੀ ਲੱਗਦਾ ਉਹਦੇ ਨਾਲ ਉਹਦਾ ਹੀ ਹੈਗਾ ਸਾਨੂੰ ਤੋਰਾ ਦੱਸਿਆ ਬਹੁਤ ਜਿਆਦਾ ਹੈ ਇਹਦਾ ਉਹਦੇ ਨਾਲ ਤੇਲ ਖਰਚਾ ਵੀ ਘਟਿਆ ਸੀ ਉਹ ਤਾਂ ਸੀਸੀ ਵੱਧ ਕੇ ਫਿਰ 960 ਟਾਈਪ ਇੰਜਨ ਆ ਗਿਆ ਨਾ ਜੀ ਹਾਂ ਤੇ ਬਾਈ ਕਹਿੰਦਾ ਵੀ ਉਹਦੇ ਨਾਲ ਉਹ ਡੀਜ਼ਲ ਦਾ ਵੀ ਫਰਕ ਆ ਤੇ ਉਹਦੇ ਨਾਲ ਸਪੀਡਾਂ ਵੀ ਚੰਗੀਆਂ ਆ ਆ ਪਾਟ ਬਾਈ ਵੱਧ ਲਾਇਆ ਇਹਦੇ ਵਿੱਚ ਆ ਆ ਤੁਸੀਂ ਪੀਸ ਦੇਖ ਸਕਦੇ ਹੋ ਆ ਜਿਹੜਾ ਆ ਪੀਸ ਆ ਇਦੀ ਲੰਬਾਈ ਆਮ 855 ਨੂੰ ਜਿਹੜਾ ਐਫੀ ਆਉਂਦਾ ਉਹਦੇ ਨਾਲੋਂ ਜ਼ਿਆਦਾ ਆ। ਇਹ ਡੇਢ ਕੁਇੰਟਲ ਵਾਜ ਨੂੰ ਵੱਧਦਾ ਉਹਦੇ ਨਾਲੋਂ। ਡੇਢ ਕੁਇੰਟਲ ਜੀ ਇਹਦੇ ਵਿੱਚ ਵਜ਼ਨ ਵੱਧਦਾ। ਤੇ ਬਾਕੀ ਲਿੰਕਾ ਵਾਹ ਮੋਟੀਆਂ ਨੇ ਲਿੰਕਾ ਵਗੈਰਾ। 3 ਲਿੰਕੇ ਦਾ ਸਾਰਾ ਫਰਕ ਆ ਦੂਜੇ ਨਾਲੋਂ ਪਰ ਪਤਾ ਨਹੀਂ ਹੁਣ ਲੋਕਾਂ ਨੂੰ ਕੀ ਪ੍ਰੋਬਲਮ ਆ ਤਾਂ ਰੱਬੇ ਜਾਣਦਾ ਵੀ ਆਪਾਂ ਹਰੇਕ ਚੀਜ਼ ਨੂੰ ਬਿਨਾਂ ਦੇਖੇ ਬਿਨਾਂ ਪਰਖੇ ਕਿਸੇ ਨੇ ਲਿਆ ਨਹੀਂ ਕਰਿਆ ਨਹੀਂ ਵੀ ਕਿਉਂ ਮੰਨ ਕੇ ਚੱਲੋ ਨਿੰਦਤਾ। ਉਦੋਂ ਬਾਅਦ ਜਿਹੜੀ ਕੰਪਨੀ ਆ ਕੰਪਨੀਆਂ ਦਾ ਕੰਮ ਆ ਟਰੈਕਟਰ ਵੇਚਣਾ ਉਹਨਾਂ ਨੇ ਪਾਸਾ ਵੱਟ ਲਿਆ ਅਗਲੇ ਜਿਹੜੇ ਟਰੈਕਟਰ ਵੇਚਣ ਤੋਂ ਮੋਂ ਤੁਹਾਨੂੰ ਇਹਦਾ ਬੌਨਟ ਖੋਲ ਕੇ ਦਿਖਾ ਦਿੰਨੇ ਆਂ ਵੀ ਕਿੰਨਾ ਕੁ ਸਾਫ ਸੁਥਰਾ ਪਿਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਆ ਸਿਰਫ ਟਾਪ ਟ ਕਵਰ ਨੇ ਆਮ ਹਰੇਕ ਦੀਆਂ ਤਾਂ ਮੇਰੇ ਵਾਲੇ ਨਵੇਂ ਦੇ ਸੀ ਖੋਲ ਕੇ ਟਾਪ ਟਾਂ ਕਰੀਆਂ ਨੇ ਜਿਹੜੀਆਂ ਜ਼ਰੂਰੀ ਵੀ ਨੇ ਕਰਨੀਆਂ ਵੀ ਚਾਹੀਦੀਆਂ ਨੇ ਬਾਕੀ ਟੋਟਲ ਟਰੈਕਟਰ ਸੀਲਡ ਆ ਸੁੱਕਾ ਪਿਆ ਬੰਗ ਵਰਗ ਕਿਤੇ ਕੋਈ ਤੇਲ ਨਹੀਂ ਕਿਤੇ ਕੋਈ ਲੈਂਡ ਨਹੀਂ ਦੀਣ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਕੋਈ ਚੋਂਦਾ ਕੋਈ ਪੰਪ ਲੀਕ ਹੈ ਹੈਡ ਦੀ ਪ੍ਰੋਬਲਮ ਆਉਂਦੀ ਵੀ ਚਾਰਟ ਸਟਾਰਟ ਨੂੰ ਇਹਦਾ ਸਲੈਂਸਰ ਬੜਾ ਲਾਤਾ ਹੈ ਹੈਡ ਦੀ ਹਾਂ ਜੀ ਹਾਂ ਜੀ ਹੋ ਜਾਂਦਾ ਹੈ ਹੈਡਿੰਗ ਕਰਨ ਲੱਗ ਜਾਂਦਾ ਹੈ ਹਾਂ ਹੈਡ ਦੀ ਜਿਵੇਂ ਸਮੱਸਿਆ ਆਉਂਦੀ ਜਿਵੇਂ ਤੇਲ ਵੀ ਮਾਰਦਾ ਸੀ ਕੋਈ ਕੋਈ ਮਾਡਲ ਹਾਂ ਇਹਦਾ ਵੀ ਹੁਣ ਜਮੈਂ ਹੀ ਦੇਖ ਲੋ ਸੁੱਕਾ ਪਿਆ ਰਾਇ ਜੈਨ ਵਗੇਰਾ ਕੋਈ ਟਾਪ ਟਾਂ ਅੱਛਾ ਜੀ ਜੈਨ ਆਣ ਬਿਲਕੁਲ ਸੁੱਕਾ ਇਹਦਾ ਇੱਕ ਬਾਈ ਕਹਿੰਦਾ ਜੀ ਇਹਦੇ ਵਿੱਚ ਵੇਰੀਐਂਟ 'ਚ ਇਹ ਵੀ ਫਰਕ ਆ ਕਿ ਇਹਦਾ ਜਿਹੜਾ ਸਲੈਂਸਰ ਆ ਇਹ ਕੰਪਨੀ ਨੇ ਚੇਂਜ ਕਰਕੇ ਤੁਸੀਂ ਆ ਦੇਖ ਸਕਦੇ ਹੋ ਪੱਠੀ ਵੀ ਚੇਂਜ ਕਰੀ ਹੋਈ ਆ ਪੱਠੀ ਵੀ ਹੋਰ ਆ ਪੱਠੀ ਹੋਰ ਗਣਨ ਕਰਕੇ ਜਿਹੜੀ ਐਕਸਾਉਟ ਦੀ ਫਲੋ ਆ ਉਹ ਜਿਆਦਾ ਹੋਣ ਕਰਕੇ ਜਿਹੜਾ ਤੇਲ ਜਾਂ ਹੈਡ ਦੀ ਸਮੱਸਿਆ ਆਉਂਦੀ ਸੀ ਉਹ ਬਿਲਕੁਲ ਕਦੇ ਵੀ ਨਹੀਂ ਆਈ ਜਿਵੇਂ 850 ਕਈ ਤੇਲ ਮਾਰ ਲਾਉਂਦੇ ਨੇ ਸਲੈਂਸਰ ਦੇ ਵਿੱਚ ਦੀ ਜਾਂ ਹੈਡ ਦੀ ਪ੍ਰੋਬਲਮ ਆ ਜਾਂਦੀ ਆ ਔਰ ਤੁਸੀਂ ਉਦਾਂ ਕੰਡੀਸ਼ਨ ਦੇਖ ਸਕਦੇ ਹੋ ਪਰ ਕੰਮ ਇਹ ਪੂਰਾ ਦੱਬ ਕੇ ਲੈਂਦੇ ਨੇ 20 25 ਗਿੱਲਿਆਂ ਦੀ ਖੇਤੀ ਕਰਦੇ ਨੇ ਗੇਅਰ ਪੂਰਨ ਤੌਰ ਤੇ ਸੀਲਡ ਆ ਸਾਈਡ ਗੇਅਰ ਤੁਸੀਂ ਦੇਖ ਲਓ ਜੇ ਕਿਤੇ ਖੁੱਲਿਆ ਹੋ ਤੁਹਾਨੂੰ ਲੱਗਦਾ ਇਹ ਦੇਖ ਦੇਖ ਸਕਦੇ ਹੋ ਤੁਸੀਂ ਟਾਇਰ ਕੁੱਲ ਮਲਾ ਕੇ ਉਹੀ ਜਿਹੜੀ ਆਪਾਂ ਰੇਸ਼ੋ ਕੱਢਦੇ ਆਂ ਵੀ 4000 ਘੰਟਾ ਟਾਇਰ ਚੱਲਦੇ ਨੇ ਖੇਤੀ 'ਚ 3500 ਘੰਟੇ ਚੱਲ ਗਿਆ 500 ਘੰਟੇ ਦੀ ਗੰਜਾਇਸ਼ ਹੋਰ ਆ ਨਾਲ ਦੇ ਟਾਇਰ ਨੇ ਇੱਥੋਂ ਇਹ ਕਲੀਅਰ ਹੁੰਦਾ ਕਿ 3500 ਘੰਟਾ ਜਿਹੜਾ ਟਰੈਕਟਰ ਚੱਲ ਚੁੱਕਿਆ ਰਿਵਰਸ ਪੀਟੀਓ ਹੈ ਜੀ ਇਹ ਫੁਲੀ ਲੋਡਡ ਮਾਡਲ ਇਹ ਮੇਰਾ ਕਹਿਣ ਦਾ ਮੰਤਵ ਇਹੀ ਆ ਵੀ ਉਂਿਓ ਗੱਲਾਂ ਪਿੱਛੇ ਲੱਗ ਕੇ ਵੀ ਫਲਾਣਾ ਟਰੈਕਟਰ ਤਾਂ ਫੇਲ ਆ ਇਹ ਆਪਾਂ ਇੱਕ ਵਾਰ ਇਹ ਤਾਂ ਆਪਣੇ ਲੋਕਾਂ ਦਾ ਕੋਈ ਪਤਾ ਨਹੀਂ ਇੱਕ ਵਾਰ ਬੁਲਟ ਤੂੜੀ ਵਾਲੇ ਲਾਤੇ ਸੀ ਹੁਣ ਬੁਲਟ ਦੀ ਬਲੈਕ ਹੋਈ ਪਈ ਆ ਇਹ ਭੇੜ ਚਾਲ ਚਣਾਓ ਫਿਰ ਇੱਕ ਚੀਜ਼ ਨੂੰ ਚਲਾ ਕੇ ਦੇਖੋ ਜਦੋਂ ਕੋਈ ਚੀਜ਼ ਚੱਲਦੀ ਨਹੀਂ ਕੰਪਨੀ ਦਾ ਤਾਂ ਕਿੱਤਾ ਉਹ ਤਾਂ ਬੰਦ ਕਰੂਗੀ ਉਹ ਮੇਰਾ ਕੋਈ ਕੰਮ ਪ੍ਰੇਜ਼ ਕਰਨਾ ਜਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ ਨਹੀਂ ਸਹੀ ਜਿਹੜਾ ਤੱਥ ਆ ਉਹ ਤੁਹਾਡੇ ਤੱਕ ਲੈ ਕੇ ਆਉਣਾ ਸਵਰਾਜ ਇਹ 855 XM ਦੀ ਵੀਡੀਓ ਸੀ ਜੀ ਜਿਹਦੇ ਵਿੱਚ ਮੇਰਾ ਖਿਆਲ ਆ ਸਾਰੀ ਡਿਟੇਲ ਤੁਹਾਨੂੰ ਦੱਸਤੀ ਦਿੱਤੀ ਗਈ ਆ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਰ ਸਬਸਕ੍ਰਾਈਬ ਤਾਂ ਕਰਨਾ ਜੇ ਚੰਗਾ ਲੱਗਦਾ ਨਹੀਂ ਜਮੇ ਲੋੜ ਨਹੀਂ ਜੇ ਪਸੰਦ ਨਹੀਂ ਕੋਈ ਚੀਜ਼ ਉਹਨੂੰ ਜਮੇ ਨਾ ਕਰੋ ਸੋ ਜਿਹੜੇ ਸਵਰਾਜ ਦੇ ਫੈਨ ਨੇ ਉਹਨਾਂ ਨੂੰ ਦਿਲੋਂ ਸਲਾਮ ਹੈ ਬਹੁਤ ਬਹੁਤ ਧੰਨਵਾਦ ਰੱਬ ਰੱਖ